ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਜਾਣਾ ਸੀਗਾ ਯਾਤਰਾ ਸ਼੍ਰੀ ਹਰੇਮਕੋਟ ਸਾਹਿਬ ਦੀ, ਅਤੇ ਆਪਾਂ ਪਹਿਲਾਂ ਘਰ ਮੰਗਾ ਲਈ ਗੱਡੀ ਛੋਟਾ ਹਾਥੀ, ਕਿਉਂਕਿ ਬੰਦੇ ਸੀਗੇ ਜ਼ਿਆਦਾ। ਦੇਖ ਲਓ ਜੀ, ਬੈਡ ਗੱਡੀ ਤਾਂ ਪੂਰੀ ਬੈਗਾਂ ਨਾਲੇ ਭਰ ਗਈ, ਅਤੇ ਆਪਾਂ ਪਹੁੰਚ ਗਏ ਜੀ ਫਗਵਾੜਾ ਰੇਲਵੇ ਸਟੇਸ਼ਨ 'ਤੇ। ਟਿਕਟਾਂ ਪਹਿਲੇ ਬੁੱਕ ਕਰਾ ਲਈਆਂ ਗਈਆਂ ਸਨ। ਜਿੱਦਾਂ ਹੀ ਫਗਵਾੜੇ ਰੇਲਵੇ ਸਟੇਸ਼ਨ 'ਤੇ 7:30 ਵਜੇ ਪੂਰੇ ਲੈਂਡ ਕਰ ਗਏ ਸੀਗੇ। 8:15 'ਤੇ ਟ੍ਰੇਨ ਆਉਣੀ ਸੀ, ਪਰ ਲੇਟ ਡਿਲੇਅ ਸੀਗੀ ਟ੍ਰੇਨ 15 ਮਿੰਟ, ਅਤੇ 8:35 'ਤੇ ਟ੍ਰੇਨ ਜਿਹੜੀ ਆ ਉਹ ਸਾਡੀ ਫਗਵਾੜੇ ਪਹੁੰਚ ਗਈ ਸੀਗੀ। ਜਨ ਸ਼ਤਾਬਦੀ ਜਿਹੜੀ ਸੀਗੀ ਅੰਮ੍ਰਿਤਸਰ ਤੋਂ ਹਰਿਦੁਆਰ, ਉਹ ਟ੍ਰੇਨ ਦੀਆਂ ਟਿਕਟਾਂ ਜਿਹੜੀਆਂ ਬੁੱਕ ਕਰਾਈਆਂ ਗਈਆਂ ਸੀਗੀਆਂ। ਲਓ ਜੀ, ਟ੍ਰੇਨ ਪਹੁੰਚ ਗਈ ਆ, ਅਤੇ ਆਪੋ ਆਪਣੀਆਂ ਜਗ੍ਹਾ 'ਤੇ ਸਾਰੇ ਬੰਦੇ ਬੈਠ ਗਏ, ਅਤੇ ਟੀਟੀ ਭਾਅ ਜੀ ਵੀ ਟਿਕਟਾਂ ਚੈੱਕ ਕਰਨ ਲਈ ਡੱਬੇ ਦੇ ਵਿੱਚ ਪਹੁੰਚ ਗਏ। ਆਪਾਂ ਮੁੱਛ ਚਾੜ ਕੇ ਟੀਟੀ ਭਾਅ ਜੀ ਨੂੰ ਦਿਖਾਈ, ਮੈਂ ਕਿਹਾ ਕਰਦੇ ਹਾਂ ਬਾਈ ਬੁੱਕ ਟਿਕਟ, ਹੈ ਨਾ। ਅਤੇ ਫਿਰ ਟੀਟੀ ਭਾਅ ਜੀ ਹੋਣੀ ਪਿੱਛੇ ਬੰਦੇ ਕੋਲ ਟਿਕਟ ਸੀਗੀ ਨਹੀਂ, ਅਤੇ ਉਹ ਤੋਂ 500 ਰੁਪਈਆ ਲੈ ਕੇ ਪਾ ਲਿਆ ਜੇਬ 'ਚ, ਨਾਲੇ ਮਿਹਨਤਾਂ ਕਰਾਈਆਂ ਵੱਖਰੀਆਂ ਟੀਟੀ ਭਾਅ ਜੀ ਹੋਣੀ। ਅਤੇ ਆਪਣਾ ਸੀਗਾ ਆਇਓ ਪ੍ਰਸ਼ਾਦਾ, ਅਤੇ ਵੱਜ ਗਏ ਸੀਗੇ 11, ਅਤੇ ਆਪਾਂ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ। ਪ੍ਰਸ਼ਾਦਾ ਟ੍ਰੇਨ ਦੇ ਵਿੱਚ ਛਕਿਆ ਗਿਆ, ਨਾਲੇ ਕਰੇਲਿਆਂ ਦੀ ਸਬਜ਼ੀ, ਆਲੂ, ਪ੍ਰਸ਼ਾਦਾ ਘਰੋਂ ਤਿਆਰ ਕਰਕੇ ਲਿਆਂਦਾ ਸੀਗਾ, ਪਰ ਘਰ ਦੇ ਪ੍ਰਸ਼ਾਦੇ ਨਾਲ ਰੀਸ ਨਹੀਂ। ਅਤੇ ਮੁੰਡਿਆਂ ਨੇ ਬਹੁਤ ਸੋਹਣਾ ਗਾਇਆ ਟ੍ਰੇਨ ਦੇ ਵਿੱਚ, ਅਤੇ ਮੈਂ ਮਜਬੂਰ ਹੋ ਕੇ ਮੈਨੂੰ ਜਿਹੜੇ ਆ ਉਹਨਾਂ ਨੂੰ ਹੌਸਲਾ ਅਫਜਾਈ ਕਰਨੀ ਪਈ ਮੈਨੂੰ। ਫਿਰ ਮੈਨੂੰ ਦੇਖ ਕੇ ਕਿ ਵੀਡੀਓ ਸਾਡੀ ਬਣਾਉਣਾ, ਉਹ ਉਹਨਾਂ ਨੇ ਗਾਣਾ ਸੁਣਾ ਕੇ ਸਾਡਾ ਦਿਲ ਮੋਹ ਲਿਆ, ਦਿਲ ਮੁੱਤਰਾਂ ਸਾਡਿਆਂ ਨੇ, ਹੈ ਨਾ। ਫਿਰ ਮੈਨੂੰ ਦੇਣੇ ਪੈ ਗਏ, ਮੈਂ ਕਿਹਾ ਚਲ ਹੁਣ ਇਹਨਾਂ ਨੂੰ ਦੇ ਦਿੰਦੇ ਪੈਸੇ, ਵੈਸੇ ਮੈਂ ਦਿੰਦਾ ਨਹੀਂ ਹੁੰਦਾ ਕਿਸੇ ਨੂੰ ਪੈਸੇ, ਹੁਣ ਮੇਰਾ ਥੋੜ੍ਹਾ ਜਿਹਾ ਨਾ ਮਨ ਉੱਠਿਆ ਜੀ ਆਪਾਂ। ਚਲੋ, ਯਾਤਰਾ ਦੇ ਸੀਗੇ ਇਸ ਕਰਕੇ ਸਾਰਿਆਂ ਦਾ ਸਤਿਕਾਰ ਕੀਤਾ। ਲਓ ਜੀ, ਘਰ ਵਾਲੀ ਨੇ ਖੱਬੇ ਹੱਥ ਨਾਲ ਕੱਢ ਕੇ ਪੈਸੇ ਦਿੱਤੇ, ਅਤੇ ਅਗਲੇ ਨੇ ਖੱਬੇ ਹੱਥ ਨਾਲ ਨਾਲੇ ਡਫਲੀ 'ਚ ਪਾ ਲਏ ਆ, ਅਤੇ ਨਾਲੇ ਗਾਣਾ ਸੁਣਾਈ ਜਾ ਰਹੇ ਆ। ਅਤੇ ਗੱਡੀ ਦੀਆਂ 2 ਲੈਨ ਹੈ, ਮੈਂ ਕਿਹਾ ਭਰਾਵਾ ਜੀ ਤਾਂ ਗੁਰਦੁਆਰੇ ਚੱਲੇ ਹਾਂ, ਹੁਣ ਮੈਂ ਇਕੱਲਾ ਬਹਿ ਕਿੱਥੇ ਰੋ ਲੈਂਦਾ, ਹੈ ਨਾ। ਮੇਰਾ ਵਿਆਹ ਹੋ ਗਿਆ ਭਰਾਵਾ, ਹੁਣ ਮਿੱਤਰੋ ਹੋਰ ਠੀਕ ਠਾਕ ਤੁਸੀਂ? ਅਤੇ ਅੱਜ ਅਸੀਂ ਜਿਹੜੀ ਆ ਉਹ ਸਿਰਫ ਆਪਾਂ ਰਿਸ਼ੀਕੇਸ਼ ਤੱਕ ਜਿਹੜੀ ਯਾਤਰਾ ਉਹ ਕਰਨੀ ਆ, ਹਰਿਦੁਆਰ ਤੋਂ ਰਿਸ਼ੀਕੇਸ਼। ਜਿਹੜਾ ਸਾਡਾ ਪਹਿਲਾ ਪੜਾਅ ਵਾ ਉਹ ਹਰਿਦੁਆਰ ਹੋਊਗਾ, ਟ੍ਰੇਨ ਜਿੱਥੇ ਰੁਕਣੀ ਆ ਉਹ ਹਰਿਦੁਆਰ ਰੁਕਣੀ ਆ ਟ੍ਰੇਨ। ਅਤੇ ਆਪਾਂ ਬਾਇਆ ਲੁਧਿਆਣਾ ਸਰਹੰਦ ਹੁੰਦੀ ਹੋਈ ਅੰਬਾਲਾ, ਅੰਬਾਲੇ ਤੋਂ ਹੁੰਦੀ ਹੋਈ ਟ੍ਰੇਨ ਰੁੜਕੀ ਤੋਂ ਹਰਿਦੁਆਰ ਪਹੁੰਚੀ, ਹੈ ਨਾ ਟ੍ਰੇਨ ਜੀ। ਅਤੇ ਟ੍ਰੇਨ ਦੇ ਵਿੱਚ ਵਾਹ ਰੌਣਕਾਂ ਸੀਗੀਆਂ, ਅਤੇ ਸਾਰੀ ਸੰਗਤ ਹੀ ਸ਼੍ਰੀ ਹੇਮਕੋਟ ਸਾਹਿਬ ਜੀ ਦੀ ਯਾਤਰਾ ਦੇ ਲਈ, ਹੈ ਨਾ, ਆਈ ਸੀਗੀ। ਪਹਿਲਾਂ ਮੇਰਾ ਸੀਗਾ ਕਿ ਮੈਂ ਬਲੌਗ ਇੱਕੋ ਵਾਰੀ ਪਾਊਂਗਾ ਸਾਰਾ ਹੀ, ਹੈ ਨਾ, ਪਰ ਥੋੜ੍ਹੀ ਮੈਂਬਰੀ ਫੋਨ ਦੀ ਘੱਟ ਹੋਣ ਕਰਕੇ ਫਿਰ ਨਾਲ ਦੀ ਨਾਲ ਅਪਡੇਟ ਆ ਜਿਹੜੀ ਤੁਹਾਨੂੰ ਦਿੱਤੀ ਜਾਊਗੀ। ਵੀ ਜਿੱਦਣ ਨਾ ਨੈਟਵਰਕ ਹੋਇਆ ਫਿਰ ਉੱਦਣ ਤਾਂ ਫਿਰ ਤੁਹਾਨੂੰ ਪਤਾ ਹੀ ਆ, ਫਿਰ 2 ਦਿਨ ਇਕੱਠੇ ਲੰਘਣਗੇ, ਹੈ ਨਾ। ਅਤੇ ਆਪਾਂ ਫਿਰ ਰਾਹ ਦੇ ਵਿੱਚ ਮੈਂ ਕਿਹਾ ਚਲੋ ਇੱਥੇ ਅੰਬਾਲੇ ਬ੍ਰੈਡ ਬਹੁਤ ਸਵਾਦ ਹੁੰਦੇ, ਹੈ ਨਾ, ਪਰ ਮਿੱਤਰਾਂ ਬ੍ਰੈਡ ਖਾਣ ਦੇ ਲਈ ਥੱਲੇ ਉਤਰ ਗਏ, ਪਰ ਮਿਲੇ ਨਹੀਂ ਬ੍ਰੈਡ, ਸੀਗੇ ਤਾਂ ਸੀ ਪਰ ਦੂਜੇ ਪਾਸੇ ਸੀਗੇ, ਹੈ ਨਾ। ਅਤੇ ਫਿਰ ਆਪਾਂ ਆ ਗਏ ਟ੍ਰੇਨ 'ਚ, ਅਤੇ ਫਿਰ ਦਿਲ ਕੀਤਾ ਕਿ ਇੱਕ ਏ ਸੀ ਵਾਲਾ ਡੱਬਾ ਹੈਗਾ ਵਾ, ਚਲੋ ਕਿਉਂ ਨਾ ਉੱਥੇ ਜਾਇਆ ਜਾਵੇ, ਹੈ ਨਾ। ਮੈਂ ਕਿਹਾ ਲੈ ਵੀ ਮਿੱਤਰਾ ਪਹਿਲਾਂ ਥੱਲੇ ਉਤਰਦੇ ਹਾਂ ਫਿਰ ਚੱਲਦੇ ਏ ਸੀ ਵਾਲੇ ਡੱਬੇ 'ਚ ਨੂੰ। ਏ ਸੀ ਵਾਲੇ ਡੱਬੇ 'ਚ ਪੂਰੀ ਠੰਡ ਸੀਗੀ, ਮਿੱਤਰਾਂ ਨੇ ਪੂਰੀ ਐਨ ਠੰਡ ਕੀਤੀ ਪਈ ਸੀ, ਕਹਿੰਦੇ ਕਿਸੇ ਨੂੰ ਗਰਮੀ ਨਾ ਲੱਗੇ। ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਹੈ ਨਾ, ਠੰਡ ਦਾ ਨਜ਼ਾਰਾ ਲੈਂਦੇ ਹਾਂ। ਅਤੇ ਵਿੱਚੋਂ ਵਿੱਚ ਹੀ ਚੱਕ ਦਿੱਤਾ ਕੰਮ ਨੂੰ, ਗਾਹਾਂ ਤੋਂ ਗਾਹਾਂ ਜਿਹੜਾ ਮੌਸਮ ਸੀਗਾ ਬਹੁਤ ਵਧੀਆ ਬਣਦਾ ਜਾ ਰਿਹਾ ਸੀ, ਮੀਂਹ ਦੇ ਪੂਰਾ ਮਾਹੌਲ ਸੀਗਾ। ਅਤੇ ਆਪਾਂ ਵੀ ਪਹੁੰਚ ਗਏ
ਏਸੀ ਵਾਲੇ ਡੱਬੇ ਦੇ ਵਿੱਚ। ਮੈਂ ਕਿਹਾ ਚੱਲ ਉੱਥੇ ਹੀ ਜਾ ਕੇ ਬਣਾਉਂਦੇ ਵੀਡੀਓ। ਅਤੇ ਆਪਣੇ ਮਿੱਤਰ ਟੱਕਰ ਗਏ ਆਪਾਂ ਨੂੰ ਕਾਮੇ ਤੋਂ ਬਾਈ ਹੁਣੀ ਅਤੇ ਮੂਸਾਪੁਰ ਤੋਂ, ਅਤੇ ਉਹਨਾਂ ਨਾਲ ਮੁਲਾਕਾਤ ਹੋਈ ਅਤੇ ਬਾਈ ਹੁਣੀ ਕਹਿੰਦੇ ਆਪਾਂ ਵੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਚੱਲੇ ਹਾਂ। ਮੈਂ ਕਿਹਾ ਚਲੋ ਭਾਈ ਬਹੁਤ ਬਹੁਤ ਤੁਹਾਡਾ ਧੰਨਵਾਦ, ਸਾਥ ਬਣ ਗਿਆ ਆਪਣਾ, ਅਤੇ ਆਪਾਂ ਫਿਰ ਉੱਥੇ ਹੀ ਮਿਲਦੇ ਹਾਂ। ਚਲੋ ਅਗਲਾ ਸਫ਼ਰ ਜਿਹੜਾ ਸ਼ੁਰੂ ਹੋ ਗਿਆ। ਅੰਕਲ ਹੁਣੀ ਟੋਫੀਆਂ ਵੇਚਣ ਲਈ ਆ ਗਏ, ਕਹਿੰਦੇ ਲੈ ਲਓ ਭਾਈ ਜੇ ਕਿਸੇ ਨੂੰ ਆਉਂਦੇ ਆ ਜਾਂ ਕਿਸੇ ਦਾ ਮਨ ਪੱਟ ਹੁੰਦਾ ਹੈ ਨਾ ਰੋਟੀ ਖਾਣ ਤੋਂ ਬਾਅਦ, ਲੈ ਲਓ ਸਾਡੇ ਕੋਲ ਪੁਦੀਨੇ ਵਾਲੀ ਗੋਲੀ। ਮੈਂ ਕਿਹਾ ਅੰਕਲ ਜੀ ਤੁਸੀਂ ਗਾਹਾਂ ਹੋਵੋ, ਗੋਲੀਆਂ ਸਾਡੇ ਕੋਲ ਅਸੀਂ ਪਹਿਲੇ ਬਥੇਰੀਆਂ ਲੈ ਕੇ ਆਏ ਹਾਂ, ਘਰ ਵਾਲੀ ਤਾਂ ਗੋਲੀ ਦਾ ਰਾਹ ਸੁਣ ਕੇ ਘਬਰਾਹਟ ਹੋਣਾ ਪੈਂਦੀ ਹੈ। ਅਤੇ ਯਾਤਰਾ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ। ਇੱਦਾਂ ਮੀਂਹ ਇੱਥੇ ਪੈ ਰਿਹਾ ਵਾ, ਅਸੀਂ ਇਸ ਟਾਈਮ ਰਿਸ਼ੀਕੇਸ਼ ਦੇ ਵਿੱਚ ਮੌਜੂਦ ਹਾਂ। ਮੀਂਹ ਪੂਰੇ ਜ਼ੋਰ 'ਤੇ ਮਤਲਬ 3 ਘੰਟੇ ਤੋਂ ਲਗਾਤਾਰ ਜਿਹੜਾ ਮੀਂਹ ਆ ਉਹ ਪੈ ਰਿਹਾ। ਜੇ ਕੋਈ ਖਬਰ ਹੁੰਦੀ ਹੈ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ, ਪਰ ਹਜੇ ਤੱਕ ਜਿਹੜਾ ਮੀਂਹ ਆ ਉਹ ਲਗਾਤਾਰ ਪੂਰੇ 6 ਵਜੇ ਤੋਂ ਲੈ ਕੇ ਇਸ ਟਾਈਮ ਇੱਥੇ 9:30 ਹੋ ਚੁੱਕੇ ਨੇ। ਜਦੋਂ ਮੈਂ ਬਲੌਗ ਦੀ ਐਡੀਟਿੰਗ ਕਰ ਰਿਹਾ ਸੀਗਾ ਤਾਂ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ, ਪੂਰੇ ਜ਼ੋਰ 'ਤੇ ਮੀਂਹ ਜਿਹੜਾ ਪੈ ਰਿਹਾ। ਫਿਰ ਮੈਂ ਚਲੋ ਦਾੜੀ ਦੂੜੀ ਸੈੱਟ ਕਰਕੇ ਅਤੇ ਆਪਾਂ ਪਹੁੰਚ ਗਏ ਜੀ ਹਰਿਦੁਆਰ ਰੇਲਵੇ ਸਟੇਸ਼ਨ ਦੇ ਉੱਤੇ। ਹਰਿਦੁਆਰ ਰੇਲਵੇ ਸਟੇਸ਼ਨ 'ਤੇ ਪਹੁੰਚਦੇ ਸਾਰ ਹੀ ਸਾਨੂੰ ਤਾਂ ਲੱਗ ਗਈ ਭੁੱਖ। ਮੈਂ ਪਹਿਲਾਂ ਟੈਚੀ ਚੱਕ ਕੇ ਦੂਜੇ ਪਾਸੇ ਲੈ ਗਿਆ, ਸਾਨੂੰ ਕਹਿੰਦੇ ਇੱਥੇ ਟ੍ਰੇਨ ਮਿਲ ਜਾਂਦੀ ਆ ਸਿੱਧੀ ਰਿਸ਼ੀਕੇਸ਼ ਨੂੰ। ਆਪਾਂ ਟ੍ਰੇਨ ਪਤਾ ਕਰਨ ਗਏ ਤਾਂ ਉਹ ਮੁੱਕਰ ਕੇ ਕਹਿੰਦੇ ਜੀ 2 ਮਿੰਟ ਪਹਿਲਾਂ ਆਉਂਦੇ ਤਾਂ ਮਿਲ ਜਾਣੀ ਸੀ, ਹੁਣ ਇਹ ਟ੍ਰੇਨ ਲੰਘੀ ਆ। ਟ੍ਰੇਨ ਲੰਘੀ ਵੀ ਸਾਡੇ ਵਿੱਚੋਂ ਹੀ ਸੀਗੀ ਅਤੇ ਮੈਨੂੰ ਲੱਗ ਗਈ ਭੁੱਖ। ਮੈਂ ਕਿਹਾ ਲਓ ਭਾਈ ਪਹਿਲਾਂ ਹੁਣ ਜਿਹੜਾ ਘਰੋਂ ਲਿਆਂਦਾ ਪ੍ਰਸ਼ਾਦ ਦਾ ਛਕ ਲਈਏ। ਫਿਰ ਪਹਿਲਾਂ ਛਕਿਆ ਆਪਾਂ ਲੰਗਰ, ਲੰਗਰ ਛਕਣ ਤੋਂ ਬਾਅਦ ਆਪਾਂ ਉੱਥੋਂ ਤੁਰ ਪਏ ਬੱਸ ਅੱਡੇ ਨੂੰ। ਬੱਸ ਅੱਡੇ ਨੂੰ ਜਾਂਦੇ ਹੀ ਸੀਗੇ ਕਿ ਮੂਹਰੇ ਸਾਨੂੰ ਬੰਦੇ ਟੱਕਰ ਕੇ ਕਹਿੰਦੇ ਭਾਅ ਜੀ ਆ ਜਾਓ। ਮੈਂ ਕਿਹਾ 1 ਰੁਪਏ ਸਵਾਰੀ ਲਉਂਗੇ? ਇੱਥੇ ਜੀ ਰੇਟ ਹੈਗਾ ਇਹਨਾਂ ਦਾ ਆਪਣਾ ਆਪਣਾ, ਤੁਸੀਂ ਆਉਣਾ ਜੀ ਬਿਲਕੁਲ ਧਿਆਨ ਦੇ ਨਾਲ, ਕਿਉਂਕਿ ਇਹ ਮੰਗਦੇ ਆ ਪਹਿਲਾਂ 100 ਰੁਪਈਏ ਸਵਾਰੀ। ਅਸੀਂ ਫਿਰ ਰਿਕਸ਼ਾ ਕਰ ਲਿਆ 60 ਰੁਪਏ ਸਵਾਰੀ ਦੇ ਹਿਸਾਬ ਨਾਲ। ਆਹ ਭੂੰਡ ਵਾ ਤੁਸੀਂ ਦੇਖ ਸਕਦੇ ਹੋ, ਇਹ ਰਿਕਸ਼ੇ ਦੇ ਵਿੱਚ ਇਹਨਾਂ ਨੇ 10 ਬੰਦੇ ਇੱਦਾਂ ਭਰ ਲਏ ਜਿੱਦਾਂ ਆਲੂ ਲੱਦੀ ਦੇ ਆ ਭਾਈ। ਲਓ ਜੀ 10 ਬੰਦਿਆਂ ਨੇ ਤੁੰਨ ਕੇ ਭਰੇ ਹੋਏ ਆ ਅਤੇ ਬੰਦਿਆਂ ਨੇ ਐਨ ਵਿੱਚ ਰੱਖ ਕੇ ਇਹਨਾਂ ਨੇ ਪੂਰੇ ਬੈਗ ਬੰਦਿਆਂ ਦਾ ਜਲੂਸ ਕੱਢ ਦਿੱਤਾ। ਮੈਂ ਕਹਿੰਦਾ ਨਾਲੇ ਤੁਹਾਨੂੰ ਵੀਡੀਓ ਸ਼ੇਅਰ ਕਰ ਲੈਂਦੇ ਹਾਂ ਨਾ ਕਿੱਦਾਂ ਬੰਦੇ ਇਹ ਨਾਲ ਲੈ ਬੰਦੇ ਇਹ 10 ਜਣੇ ਬਿਠਾ ਕੇ ਗੱਬੇ ਰੱਖ ਕੇ ਬੈਗ 'ਤੇ ਸੀ, ਇਹਨਾਂ ਨੇ 60 ਰੁਪਏ ਸਵਾਰੀ ਦੇ ਹਿਸਾਬ ਨਾਲ ਸਾਡਾ ਮੁਕਾ ਲਿਆ। 10 ਸਵਾਰੀਆਂ ਅਸੀਂ ਹਰਿਦੁਆਰ ਤੋਂ ਰਿਸ਼ੀਕੇਸ਼, 1 ਘੰਟਾ ਇਹਨਾਂ ਨੇ 30 ਮਿੰਟ ਲਾਏ ਸਾਨੂੰ ਹੈ ਨਾ ਹਰਿਦੁਆਰ ਤੋਂ ਰਿਸ਼ੀਕੇਸ਼ ਪਹੁੰਚਾਉਣ ਦੇ ਲਈ। ਅਤੇ ਸਵਾਦ ਆ ਗਿਆ ਜਦੋਂ ਦਲਜੀਤ ਦੀ ਫੋਟੋ ਦੇਖੀ ਉੱਥੇ ਹਰਿਦੁਆਰ। ਅਤੇ ਇਹ ਆ ਜੀ ਗੰਗਾ ਨਦੀ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਹਰਿਦੁਆਰ ਦੇ ਵਿੱਚ, ਜਿੱਥੇ ਫੁੱਲ ਵੀ ਚੜ੍ਹਾਏ ਜਾਂਦੇ ਆ। ਅਤੇ ਉੱਥੇ ਵਿਊ ਦੇਖਣ ਵਾਲਾ ਸੀਗਾ, ਕਿਆ ਬਾਤ ਹੈ, ਬੱਦਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਬੱਦਲ, ਬਾ ਕਮਾਲ ਜਿਹੜਾ ਆਪਣਾ ਹੀ ਰੰਗ ਆ ਹੈ ਨਾ ਇੱਧਰ ਪਹਾੜਾਂ ਦਾ। ਵਧੀਆ ਦ੍ਰਿਸ਼ ਵਾ, ਵਧੀਆ ਮਾਹੌਲ ਵਾ, ਤੁਸੀਂ ਵਧੀਆ ਮਹਿਸੂਸ ਕਰਦੇ ਆ ਇੱਥੇ ਆ ਕੇ। ਬਾਹਰ ਬਹੁਤ ਜ਼ਿਆਦਾ ਜਿਹੜਾ ਤੁਸੀਂ ਕੌਨਫੀਡੈਂਸ ਆ ਜਾਂਦਾ ਬੰਦੇ ਦੇ ਵਿੱਚ ਕਿੱਥੇ ਘੁੰਮਣ ਦਾ ਹੈ ਨਾ। ਅਤੇ ਫਿਰ ਆਪਾਂ ਸਾਰਾ ਹੀ ਦੇਖਿਆ ਕਿ ਸ਼ਿਵਜੀ ਮਹਾਰਾਜ ਦੀ ਮੂਰਤੀ ਬਹੁਤ ਜ਼ਿਆਦਾ ਵਧੀਆ, ਤੁਸੀਂ ਦੇਖ ਸਕਦੇ ਬੱਦਲਾਂ ਦੇ ਵਿੱਚ ਐਨ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਹੈ ਨਾ ਜਿਹੜਾ ਦ੍ਰਿਸ਼ ਆ ਬੱਦਲਾਂ ਦਾ, ਆਨੰਦ ਮਾਣੋ ਤੁਸੀਂ ਮੌਸਮ ਦਾ। ਇਸ ਟਾਈਮ ਇੱਥੇ ਪੂਰਾ ਮੀਂਹ ਪੈ ਰਿਹਾ, ਪੂਰੀ ਠੰਡ ਹੋ ਚੁੱਕੀ ਹੈ ਰਿਸ਼ੀਕੇਸ਼ ਦੇ ਵਿੱਚ, ਜ਼ਿਆਦਾ ਨਹੀਂ ਜਿੱਦਾਂ ਮਤਲਬ ਕਿ ਠੀਕ ਹੈ। ਆਪਣੇ ਕੱਪੜੇ ਹਿਸਾਬ ਨਾਲ ਜਿਹਨਾਂ ਨੇ ਵੀ ਯਾਤਰਾ 'ਤੇ ਆਉਣਾ ਆਪਣੇ ਉਸ ਹਿਸਾਬ ਨਾਲ ਕੱਪੜੇ ਜ਼ਰੂਰ ਲੈ ਕੇ ਆਓ। ਰਿਸ਼ੀਕੇਸ਼ ਲਛਮਣ ਝੂਲਾ ਦੇਖਣਾ ਅਤੇ ਬਹੁਤ ਜ਼ਿਆਦਾ ਵਧੀਆ ਥਾਂ ਵਾ, ਜਿੱਥੇ ਅਸੀਂ ਵੀ ਜਾ ਕੇ ਆਏ, ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ। ਲਛਮਣ ਝੂਲਾ ਉਹਨੂੰ ਕਹਿੰਦੇ ਆ,
ਬਹੁਤ ਜ਼ਿਆਦਾ ਉੱਥੇ ਜਿਹੜੇ ਆ ਪੰਡਿਤ ਸਾਧੂ ਜਿਹੜੇ ਬੈਠੇ ਆ, ਅਤੇ ਆਪਾਂ ਪਹੁੰਚ ਕੇ ਜੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਅਧੀਨ ਪੈਂਦਾ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਸਾਹਿਬ, ਉੱਥੇ ਆਪਾਂ ਪਹੁੰਚ ਗਏ ਜੀ। ਅਤੇ ਦੇਖ ਲਓ ਗੱਡੀ ਪੂਰੀ ਭਰੀ ਪਈ ਆ, ਬੰਦੇ ਲੱਦੇ ਹੋ ਪੂਰੇ ਐਂ ਠੋਕ ਕੇ। ਇਹ ਬੰਦਾ ਸੀਗਾ, ਇਹ ਬੰਦੇ ਨੇ ਸਾਡੇ ਤੋਂ ਲਿਆ ਜੀ 60-60 ਰੁਪਏ ਦੇ ਹਿਸਾਬ ਨਾਲ ਪੈਸੇ, ਅਤੇ ਅਗਲਾ ਸਾਨੂੰ ਛੱਡ ਕੇ ਅਤੇ ਅਗਲੀ ਸਵਾਰੀ ਚੱਕ ਕੇ ਉਹ ਚੱਲ ਪਿਆ ਜੀ ਹਰਿਦੁਆਰ ਨੂੰ, ਹੈ ਨਾ। ਅਤੇ ਆਪਾਂ ਫਿਰ ਗੁਰਦੁਆਰਾ ਸਾਹਿਬ ਕੀਤੀ ਐਂਟਰੀ, ਪਹਿਲਾਂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾ ਕੇ ਸਿੰਘਾਂ ਨੂੰ ਕੀਤਾ ਨਮਸਕਾਰ, ਅਤੇ ਫਿਰ ਆਪਾਂ ਚਲੇ ਗਏ ਸਿੱਧਾ ਜੀ ਕਮਰਾ ਲੈਣ ਦੇ ਲਈ। ਬਹੁਤ ਵਧੀਆ ਪ੍ਰਬੰਧ, ਪ੍ਰਬੰਧਕਾਂ ਦੀ ਬਾ ਕਮਾਲ, ਜ਼ਿਆਦਾ ਬਹੁਤ ਜ਼ਿਆਦਾ ਰਿਸਪੈਕਟ ਜਿਹੜੀ ਆ ਪ੍ਰਬੰਧਕ ਇੱਥੇ ਦੇ ਰਹੇ ਆ। ਆਇਆਂ ਨੂੰ ਪੈਂਦੀ ਸੱਟੇ ਉਹਨਾਂ ਨੇ ਕੁਛ ਨਹੀਂ ਪੁੱਛਿਆ ਕਿ ਕਿੰਨੇ ਕਮਰੇ ਚਾਹੀਦੇ ਕਿੰਨੇ ਨਹੀਂ ਚਾਹੀਦੇ, ਉਹਨਾਂ ਨੇ ਦਬਾ ਸੱਟ ਇਹ ਪੁੱਛਿਆ ਕਿ ਭਾਈ ਦੱਸੋ ਕਿੰਨੀਆਂ ਚਾਬੀਆਂ ਤੁਹਾਨੂੰ ਚਾਹੀਦੀਆਂ, ਕਿੰਨੇ ਬੰਦੇ ਆ। ਕਮਰੇ ਦੇ ਵਿੱਚ ਜਾ ਕੇ ਆਪਾਂ ਚੇਂਜ ਕਰਕੇ ਨਹਾ ਕੇ ਸਾਰਾ ਕੁਛ, ਅਤੇ ਆਪਾਂ ਕੱਪੜੇ ਚੇਂਜ ਕਰਕੇ ਅਤੇ ਆਪਾਂ ਚੱਲ ਗਏ ਜੀ ਲਛਮਣ ਝੂਲੇ ਦੇ ਵਾਲਾ, ਜਿੱਥੇ ਕਿ ਤੁਹਾਨੂੰ ਹੁਣ ਦਿਖਾਵਾਂਗੇ ਆਪਾਂ ਲਛਮਣ ਝੂਲਾ। ਅਤੇ ਬਾਜ਼ਾਰ ਦੇ ਵਿੱਚ ਤੁਹਾਨੂੰ ਇਹੀ ਟੈਂਪੂ ਮਿਲਣਗੇ ਜਿਹੜੇ ਜਿਹਦੇ ਵਿੱਚ ਬਹਿ ਕੇ ਤੁਸੀਂ ਰਿਸ਼ੀਕੇਸ਼ ਵੀ ਘੁੰਮ ਸਕਦੇ ਹੋ, ਜਾਂ ਹਰਿਦੁਆਰ ਤੋਂ ਰਿਸ਼ੀਕੇਸ਼ ਆ ਸਕਦੇ ਹੋ, ਜਾਂ ਰਿਸ਼ੀਕੇਸ਼ ਤੋਂ ਹਰਿਦੁਆਰ ਜਾ ਸਕਦੇ ਹੋ, ਹੈ ਨਾ। ਵਧੀਆ ਤਰੀਕੇ ਦਾ ਸੈਟਅਪ ਹੈ, ਤੁਹਾਨੂੰ ਕਿਸੇ ਤਰੀਕੇ ਦਾ ਖਤਰਾ ਨਹੀਂ। ਗੰਗਾ ਰਿਸੋਰਟ ਹੈਗਾ, ਉੱਥੇ ਤੁਸੀਂ ਰਹਿ ਸਕਦੇ ਹੋ। ਗੰਗਾ ਦੇ ਬਿਲਕੁਲ ਕਿਨਾਰੇ 'ਤੇ ਬਣਾਇਆ ਬਹੁਤ ਸ਼ਾਨਦਾਰ ਜਿਹੜਾ ਰੈਸਟੋਰੈਂਟ ਆ, ਇਹਦੇ ਨਾਲ ਹੀ ਪਲੇ ਗਰਾਊਂਡ ਵੀ ਹੈਗੀ ਆ ਉੱਥੇ। ਦੇਖੋ ਜੀ, ਇਹ ਗੰਗਾ ਦਰਿਆ ਅਤੇ ਲਛਮਣ ਝੂਲਾ, ਅਤੇ ਇਹ ਮੈਨੂੰ ਤਾਂ ਇੱਥੇ ਸੁਣਨ 'ਚ ਆਇਆ ਕਿ ਰਾਮ ਅਤੇ ਲਛਮਣ ਝੂਲਾ ਇਹ, ਬਾਕੀ ਪਤਾ ਨਹੀਂ ਇੰਨਾ, ਕਿਸੇ ਨਾਲ ਇਸ ਬਾਰੇ ਗੱਲ ਨਹੀਂ ਹੋਈ। ਪਰ ਹਾਂ, ਮਾਹੌਲ ਅਤੇ ਸਾਧਾਂ ਦੀ ਬਿਰਤੀ, ਕੋਈ ਵੀ ਮੰਗਣੇ ਵਾਲਾ ਨਹੀਂ ਸੀਗਾ ਕਿ ਤੁਸੀਂ ਸਾਨੂੰ ਪੈਸੇ ਦਿਓ। ਮੈਂ ਇਸ ਗੱਲ ਤੋਂ ਬਹੁਤ ਹੈਰਾਨ ਹਾਂ, ਰਿਸ਼ੀਕੇਸ਼ ਪਹੁੰਚ ਕੇ ਕੋਈ ਵੀ ਮੀਟ ਦੀ ਦੁਕਾਨ ਨਹੀਂ ਆਈ, ਕੋਈ ਠੇਕਾ ਨਹੀਂ ਆਇਆ, ਕਿਸੇ ਵੀ ਰੇਹੜੀ ਦੇ ਉੱਤੇ ਮੈਂ ਅੱਜ ਦੇ ਤੱਕ ਆਂਡਾ ਨਹੀਂ ਦੇਖਿਆ। ਰਿਸ਼ੀਕੇਸ਼ ਦੇ ਵਿੱਚ ਐਡੀ ਵੱਡੀ ਕੁਰਬਾਨੀ ਸਾਡੇ ਗੁਰੂ ਮਹਾਰਾਜ ਦੀ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਹੋਵੇ, ਜਾਂ ਛੋਟੇ ਬੱਚਿਆਂ ਦਾ ਦਰਬਾਰ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਗੱਲ ਕਰ ਲਈਏ, ਸਾਡੇ ਤਾਂ ਸਰਕਾਰਾਂ ਹੀ ਸਾਡੀਆਂ ਨਿਕੰਮੀਆਂ ਤੁਸੀਂ ਕਹਿ ਸਕਦੇ ਹੋ। ਮੀਟ ਦੀਆਂ ਦੁਕਾਨਾਂ, ਸ਼ਰਾਬ ਦੀਆਂ ਦੁਕਾਨਾਂ ਤਾਂ ਮਿਲਦੀਆਂ, ਰਿਸ਼ੀਕੇਸ਼ ਦੇ ਵਿੱਚ ਬਿਲਕੁਲ ਵੀ ਇੱਦਾਂ ਦਾ ਮਾਹੌਲ ਨਹੀਂ। ਕਿਤੇ ਮੈਂ ਠੇਕਾ ਨਹੀਂ ਦੇਖਿਆ, ਨਾ ਕੋਈ ਆਂਡਾ ਮੀਟ ਦੀ ਦੁਕਾਨ। ਬਹੁਤ ਵਧੀਆ ਜਿਹੜਾ ਉੱਥੇ ਮੌਸਮ ਬਣ ਗਿਆ ਸੀ, ਬੱਦਲ ਹੋ ਗਿਆ ਇੱਕ ਮਿੰਟ ਦੇ ਵਿੱਚ ਵਿੱਚ, ਜਿੱਦਾਂ ਹੀ ਅਸੀਂ ਲਛਮਣ ਝੂਲਾ ਪਾਰ ਕਰਕੇ ਦੂਜੀ ਪਾਸੇ ਪਹੁੰਚੇ ਤਾਂ ਮੀਂਹ ਤਾਬੜ ਤੋੜ ਜਿਹੜਾ ਮੀਂਹ ਆ ਉਹ ਪਿਆ, ਮਤਲਬ ਕਿ 10 ਮਿੰਟ ਦੇ ਬਾਅਦ ਨਾ ਅਸੀਂ ਜਿਹੜਾ ਸਾਨੂੰ ਆਪਣੇ ਆਪ ਤੋਂ ਮਤਲਬ ਮੀਂਹ ਤੋਂ ਬਚਾਉਣਾ ਔਖਾ ਹੋ ਗਿਆ। ਅਸੀਂ ਮੱਥਾ ਟੇਕ ਕੇ ਗੰਗਾ ਮਈਆ ਦੇ ਦਰਸ਼ਨ ਕਰਕੇ ਗੰਗਾ ਨੂੰ ਨਮਸਕਾਰ ਕੀਤਾ, ਅਤੇ ਵਾਪਸ ਫਿਰ ਰੂਮ ਨੂੰ ਆਉਣ ਦੇ ਲਈ ਜਿੱਦਾਂ ਹੀ ਚਾਲਾ ਪਾਇਆ ਤਾਂ ਵਾਹ ਕਿਆ ਬਾਤ ਹੈ, ਮੀਂਹ ਨੇ ਤਾਬੜ ਤੋੜ ਦਿੱਤਾ। ਇਹ ਜਾਨਕੀ ਟੂਰ ਟਰੈਵਲ ਆ, ਇੱਥੇ ਤੁਸੀਂ ਮੋਟਰਸਾਈਕਲ ਜਿਹੜੇ ਸਾਨੂੰ 500 ਰੁਪਏ ਪ੍ਰਤੀ ਰੈਂਟ ਦੇ ਹਿਸਾਬ ਨਾਲ ਸਕੂਟਰੀਆਂ ਦੇ ਦਿੰਦੇ ਆ। ਅਤੇ ਜਿੱਦਾਂ ਦੇਖੋ ਜੀ ਬੱਦਲ ਹੋ ਰਿਹਾ ਪੂਰਾ ਪ੍ਰੋਪਰ ਤਰੀਕੇ ਦੇ ਨਾਲ, ਐਨ ਪੂਰਾ ਠੋਕ ਕੇ ਜਿੱਦਾਂ ਬੱਦਲ ਹੋਇਆ। ਪਰ ਉੱਥੇ ਜਿੱਥੇ ਸਾਧ ਰਹਿੰਦੇ ਗੰਗਾ ਦੇ ਕਿਨਾਰੇ 'ਤੇ, ਉਹ ਆਪਣਾ ਦਾਣਾ ਪਾਣੀ ਬਣਾ ਰਹੇ ਸੀਗੇ, ਬਹੁਤ ਵਧੀਆ ਵਾਲੇ ਬਿਰਤੀ ਵਾਲੇ ਆ। ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ ਕਿਸੇ ਤੋਂ, ਕਿਸਾਨ ਨੂੰ ਦਿਓ ਭਾਈ ਕੋਈ ਮੰਗ ਨਹੀਂ ਕੀਤੀ, ਬਹੁਤ ਦਿਲ ਖੁਸ਼ ਹੋਇਆ ਉਹਨਾਂ ਨੂੰ ਦੇਖ ਕੇ ਵੀ। ਅਤੇ ਗੰਗਾ ਪੂਰੇ ਜ਼ੋਰ 'ਤੇ ਚੱਲ ਰਹੀ ਆ, ਜ਼ਿਆਦਾ ਮੀਂਹ ਪੈਣ ਕਰਕੇ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਗੰਗਾ ਦੇ ਵਿੱਚ ਆ ਚੁੱਕਾ। ਪਰ ਉੱਥੇ ਇਸ਼ਨਾਨ ਕਰਨ ਉਹਨਾਂ ਨੇ ਬਹੁਤ ਵਧੀਆ ਸੰਗਲਾਂ ਦੇ ਨਾਲ ਜਿਹੜਾ ਪ੍ਰਬੰਧ ਕੀਤਾ ਹੋਇਆ। ਅਤੇ ਆਪਾਂ ਜਦੋਂ ਉੱਥੋਂ ਨਿਕਲੇ ਤਾਂ 2 ਕੁ ਮਿੰਟ ਬਾਅਦ ਹੀ ਜਿਹੜਾ ਤਾਬੜ ਤੋੜ ਮੀਂਹ, ਤੁਹਾਨੂੰ ਇੱਥੇ ਖਾਣ ਦੇ ਲਈ ਮੈਗੀ, ਬਰਗਰ, ਪੇਸਟੀ, ਇਸ ਟਾਈਮ ਜਿਹੜਾ ਚੱਲਦਾ ਛੱਲੀਆਂ, ਪੰਜਾਬ ਦਾ ਜਿਹੜਾ ਮੱਕੀ ਦੇ ਦਾਣੇ ਵਾਲੀਆਂ ਛੱਲੀਆਂ, ਉਹ ਵੀ ਤੁਹਾਨੂੰ ਮਿਲੂਗੀਆਂ।
ਇੱਥੇ ਪ੍ਰਾਰਥਨਾ ਹੋ ਰਹੀ ਸੀਗੀ, ਪੂਜਾ ਹੋ ਰਹੀ ਸੀ ਗੰਗਾ ਮਈਆ ਦੇ, ਨਹਿਰ ਜਿਹੜਾ ਦਰਿਆ ਚੱਲ ਰਿਹਾ ਉਹਦੀ ਪੂਜਾ ਹੋ ਰਹੀ ਸੀਗੀ। ਅਤੇ ਜਿੱਦਾਂ ਹੀ ਅਸੀਂ ਬਾਜ਼ਾਰ ਦੇ ਵਿੱਚ ਪਹੁੰਚੇ, ਉੱਥੇ ਤਾਂ ਪਰ ਸ਼ੈੱਡ ਪਈ ਸੀ, ਪਹਿਲਾਂ ਪਤਾ ਨਹੀਂ ਲੱਗਿਆ। ਜਿੱਦਾਂ ਹੀ ਅਸੀਂ ਇੱਥੋਂ ਨਿਕਲ ਕੇ ਅੱਗੇ ਵੱਲ ਵੱਧਦੇ ਹਾਂ ਤਾਂ ਮੀਂਹ, ਵਾਹ ਜੀ ਵਾਹ, ਵਾਹ ਕਮਾਲ ਮੀਂਹ ਪੈ ਰਿਹਾ। ਬਰਸਾਤੀਆਂ ਵਾਲੇ ਨਜ਼ਾਰੇ ਲਾ ਕੇ 30 ਰੁਪਏ ਦੀ ਬਰਸਾਤੀ ਦਿੰਦੇ ਆ, ਮੈਂ ਮਨ ਖੁਸ਼ ਹੋ ਗਿਆ ਕਿ ਕਦੇ ਵੀ ਕੋਈ ਬੰਦਾ 50 ਰੁਪਏ ਵਾਲੀ ਚੀਜ਼ 30 ਰੁਪਏ 'ਚ ਨਹੀਂ ਦਿੰਦਾ। ਪਹਿਲਾਂ 50 ਰੁਪਏ ਦੀ ਚੀਜ਼ ਵਿਕਦੀ ਸੀਗੀ ਅਤੇ ਹੁਣ 30 ਰੁਪਏ ਨੂੰ ਸਾਨੂੰ ਜਿਹੜੀ ਬਰਸਾਤੀ ਆ ਅਸੀਂ ਉੱਥੋਂ ਲਈ, ਅਤੇ ਉੱਥੋਂ ਲੈ ਕੇ ਆਪਣੇ ਕੱਪੜੇ ਬਚਾਉਣ ਦੇ ਲਈ ਅਤੇ ਆਪਾਂ ਗੁਰਦੁਆਰਾ ਰਿਸ਼ੀਕੇਸ਼ ਸਾਹਿਬ, ਉੱਥੋਂ ਸੀਗਾ ਅਸੀਂ 2 ਕਿਲੋਮੀਟਰ, ਅਤੇ ਆਪਾਂ 2 ਕਿਲੋਮੀਟਰ ਪਹਿਲਾਂ ਤੁਰ ਕੇ ਗਏ, ਫਿਰ ਆ ਕੇ ਗੁਰਦੁਆਰਾ ਸਾਹਿਬ ਆਪਾਂ ਛਕਿਆ ਲੰਗਰ। ਮੱਥਾ ਅਸੀਂ ਤਾਂ ਨਹੀਂ ਟੇਕਿਆ, ਪਏ ਇੱਥੇ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ, ਪਹਿਲਾਂ ਰਜਿਸਟ੍ਰੇਸ਼ਨ ਕਰਾਈ, ਫਿਰ ਲੰਗਰ ਛਕ ਕੇ, ਫਿਰ ਆਪਾਂ ਚਾਹ ਦਾ ਲੰਗਰ ਛਕ ਕੇ ਜਿਹੜਾ ਦੁਬਾਰਾ ਆਪਾਂ ਕਮਰੇ ਦੇ ਵਿੱਚ ਆਪਣੇ ਆਉਣਾ ਸੀਗਾ। ਅਤੇ ਲੰਗਰ ਛਕਣ ਤੋਂ ਬਾਅਦ ਅਤੇ ਜਦ ਦੇਖਿਆ ਬਾਹਰ ਨਿਕਲ ਕੇ, ਅਤੇ ਮੀਂਹ ਹਲੇ ਵੀ ਪ੍ਰੋਪਰ ਤਰੀਕੇ ਨਾਲ ਪੂਰੇ ਜ਼ੋਰ ਨਾਲ ਪੈ ਰਿਹਾ ਸੀ। ਮੈਂ ਹਲੇ ਵੀ 11:30 ਹੋ ਚੁੱਕੇ ਆ, 10:30 ਹੋ ਚੁੱਕੇ ਆ, 11 ਮੀਂਹ ਹਲੇ ਵੀ ਪ੍ਰੋਪਰ ਉਸੇ ਸਪੀਡ ਨਾਲ ਪੈ ਰਿਹਾ। ਅਤੇ ਅਸੀਂ ਰਿਸ਼ੀਕੇਸ਼ ਸਾਹਿਬ ਹੁਣ ਜਿਹੜਾ ਅੱਜ ਦਾ ਵਿਸ਼ਰਾਮ ਕਰਾਂਗੇ।